ਲਖੀਮਪੁਰ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਲਖੀਮ ਜਿੱਥੇ ਬੀਜੇਪੀ ਨੇ ਕਾਤਲਾਨਾ ਹਮਲਾ ਕੀਤਾ ਸੀ ਸਾਡੇ ਕਿਸਾਨਾਂ 'ਤੇ ਪੱਤਰਕਾਰਾਂ 'ਤੇ, ਉਹਨਾਂ ਨੂੰ ਸਜ਼ਾਵਾਂ ਦਵਾਉਣ ਲਈ ਅੱਜ ਫੈਸਲਾ ਕੀਤਾ ਗਿਆ ਸੀ ਵੀ ਟ੍ਰੇਨਾਂ ਰੋਕੀਆਂ ਜਾਣ। ਅਜੇ ਮਿਸ਼ਰਾ ਦੇ ਫਾਦਰ ਆਸ਼ੀਸ਼ ਮਿਸ਼ਰਾ ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ, ਉਹਦੀ ਅਸਤੀਫੇ ਲਈ ਅਤੇ ਉਹਦੀ ਗ੍ਰਿਫਤਾਰੀ ਲਈ ਅੱਜ ਟ੍ਰੇਨਾਂ ਰੋਕੀਆਂ ਗਈਆਂ ਨੇ। ਅਤੇ ਭਾਰਤ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕਿਸਾਨ ਮਜ਼ਦੂਰਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ, ਇਹਨਾਂ ਦੇ ਰੋਹ ਅੱਗੇ ਤੁਹਾਨੂੰ ਝੁਕਣਾ ਪਏਗਾ। ਜਦੋਂ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਕਰਦੇ ਇਹ ਅੰਦੋਲਨ ਐਵੇਂ ਜਾਰੀ ਰਹੇਗਾ। ਅੱਜ ਉਸ ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਇਹਨਾਂ ਨੂੰ ਸਜ਼ਾਵਾਂ ਦਵਾਉਣ ਲਈ ਇਹਨਾਂ ਦੇ ਅਸਤੀਫੇ ਲਈ ਟ੍ਰੇਨਾਂ ਰੋਕ ਦਿੱਤੀਆਂ ਗਈਆਂ। ਦੇਖੋ ਸਾਡੀ ਮੇਨ ਮੰਗ ਸਾਡੀ ਜਿਹੜੀ ਪਹਿਲਾਂ ਲੜਾਈ ਆ ਤਿੰਨੇ ਕਾਲੇ ਕਾਨੂੰਨਾਂ ਦੀ ਲੜਾਈ, ਉਹ ਰੱਦ ਹੋਣੇ ਚਾਹੀਦੇ ਨੇ। ਦੂਜਾ ਉਹਦੇ ਪਿੱਛੇ ਜੇ ਸੰਘਰਸ਼ੀ ਲੋਕ 80% ਇਹਨੂੰ ਅੱਜ ਜਾਗ ਜਾਂ ਸੰਘਰਸ਼ ਕਰਨ ਲੱਗੇ ਨੇ ਆਪਣੇ ਕਾਲੇ ਕਾਨੂੰਨਾਂ ਦੀ ਲੜਾਈ, ਪਰ ਜਿਹੜੀ ਆ ਬੀਜੇਪੀ ਸਰਕਾਰ ਆ ਆਹ ਕਿਸਾਨ ਮਜ਼ਦੂਰਾਂ ਨੂੰ ਦਬਾ ਕੇ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਆਪਣਾ ਵੋਟ ਰਾਜ ਖਤਮ ਕਰਕੇ ਪੱਕਾ ਰਾਜ ਚਾਹੁੰਦੀ ਆ, ਪਰ ਜਿਹੜੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਨੂੰ ਲੜਨ ਵਾਸਤੇ ਅੱਗੇ ਆ ਚੁੱਕੇ ਨੇ ਇਹ ਸਰਕਾਰ ਤੋਂ ਡਰਦੇ ਨੇ, ਜਿਵੇਂ ਕਿਧਰ ਨਾ ਕਿਧਰ ਇਹ ਆਪਣਾ ਪ੍ਰੈਸ਼ਰ ਬਣਾਉਣ ਵਾਸਤੇ ਸਰਕਾਰਾਂ ਬੀਜੇਪੀ ਸਰਕਾਰ ਜਿਵੇਂ ਆਪਾਂ ਲਖਮੀਰਪੁਰ ਯੂਪੀ ਵਿੱਚ ਕਹਿ ਸਕਦੇ ਹਾਂ, ਉੱਥੇ ਸਾਡੇ 4 ਸੀਟਾਂ 'ਤੇ ਗੱਡੀਆਂ ਚੜਾਈਆਂ ਗਈਆਂ ਨੇ, ਗੋਲੀ ਵੀ ਚੱਲੀ ਆ, ਅਤੇ ਇੱਕ ਜਿਹੜਾ ਸਾਡਾ ਪੱਤਰਕਾਰ ਵੀਰ ਆ ਉਹ ਵੀ ਸ਼ਹੀਦ ਹੋਇਆ। ਐਵੇਂ ਹੀ ਅਲੱਗ ਅਲੱਗ ਜਗ੍ਹਾ 'ਤੇ ਜਿਹੜੀ ਬੀਜੇਪੀ ਸਰਕਾਰ ਆ ਆਮ ਲੋਕਾਂ ਕੋਲ ਪ੍ਰੈਸ਼ਰ ਬਣਾ ਰਹੀ ਆ ਵੀ ਇਹ ਲੋਕ ਦੱਬ ਕੇ ਜਾਂ ਡਰ ਕੇ ਘਰਾਂ ਬਹਿ ਜਾਣਾ, ਪਰ ਇਹ ਲੋਕ ਸੰਘਰਸ਼ੀ ਲੋਕ ਨੇ ਜਿਹੜਾ ਪੰਜਾਬ ਦਾ ਜਾਂ ਭਾਰਤ ਦਾ ਇਤਿਹਾਸ ਆ ਪੁਰਾਣੇ ਇਤਿਹਾਸ ਦੇ ਵਿੱਚ ਵੀ ਇੱਕ ਪਾਸੇ ਜਦੋਂ ਦੇਸ਼ ਆਜ਼ਾਦ ਹੋਇਆ ਅੰਗਰੇਜ਼ਾਂ ਕਰੀ ਪਹਿਲਾਂ ਲੜੇ ਨੇ ਉਸ ਟਾਈਮ ਵੀ ਇਹ ਕੁਰਬਾਨੀਆਂ ਦੇ ਨੇ, ਅੱਜ ਵੀ ਦਿੱਲੀ ਸੰਯੁਕਤ ਮੋਰਚੇ ਵੱਲੋਂ 650 ਵੱਲੋਂ ਸਾਡਾ ਕਿਸਾਨ ਸ਼ਹੀਦ ਹੋ ਚੁੱਕੇ ਆ ਜਿਵੇਂ ਅਲੱਗ ਅਲੱਗ ਪੂਰੇ ਭਾਰਤ ਦੇ ਵਿੱਚ, ਪਰ ਸੰਘਰਸ਼ੀ ਲੋਕ ਨੇ ਜਿਹੜੇ ਇਹ ਕਾਲੇ ਕਾਨੂੰਨ ਰੱਦ ਵੀ ਕਰਾਉਣਗੇ, ਇਹ ਜਿਹੜੇ ਸਮਰਾਜਵਾਦ ਰਾਜ ਦੇ ਵਿਰੁੱਧ ਵੀ ਲੜਨਗੇ ਆਪਣੇ ਹੱਕ ਲਈ ਕਰਨਗੇ। ਦੇਖੋ ਜੀ ਉਹਨਾਂ ਨੇ ਜੋ ਵੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਿਆ ਉਹ ਦੇਖੋ ਸਿੰਘਾਂ ਨੇ ਆਪਣਾ ਜ਼ਿੰਮੇਵਾਰੀ ਲਈ ਆ ਵੀ ਇਹਦੇ ਵਿੱਚ ਸੰਯੁਕਤ ਮੋਰਚੇ ਦਾ ਕੋਈ ਸੰਬੰਧ ਨਹੀਂ ਇਹਦੇ ਨਾਲ, ਵੀ ਸਾਡੇ ਮਤਲਬ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਦੇ ਨਾਲ, ਉਹਨਾਂ ਨੇ ਪੂਰੀ ਜ਼ਿੰਮੇਵਾਰੀ ਲਈ ਆ ਵੀ ਜਿਹੜੇ ਬੰਦੇ ਨੇ ਜੋ ਵੀ ਉਹ ਕਰਿਆ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ। ਸੰਯੁਕਤ ਮੋਰਚੇ ਨਾਲ ਕੋਈ ਉਹ ਨਹੀਂ ਹੈਗਾ, ਸੰਯੁਕਤ ਮੋਰਚੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ, ਪਰ ਜਿਹੜੇ ਕਿਸਾਨ ਨੇ ਉਹ ਤਾਂ ਲਗਾਤਾਰ 10 ਮਹੀਨਿਆਂ ਤੋਂ ਸ਼ਾਂਤਮਈ ਤਰੀਕੇ ਨਾਲ ਆਪਣੇ ਧਰਨੇ ਮੁਜ਼ਾਹਰੇ ਕਰ ਰਹੇ ਨੇ, ਉਹਦੀ ਅੱਜ ਪੂਰੇ ਵਰਲਡ ਦੇ ਵੀ ਸਾਹਮਣੇ ਨਿਗਾਹ 'ਚ ਆ ਵੀ ਚੁੱਕਿਆ, ਪੂਰੇ ਵਰਲਡ ਵਿੱਚ ਦੇਖ ਸਕਦੇ ਹਾਂ। ਮੈਂ ਪ੍ਰਿੰਸੀਪਲ JP ਸਿੰਘ, ਅੱਜ ਦਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਨੇ, ਉਹ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਾਨਾਸ਼ਾਹ ਮੋਦੀ ਸਰਕਾਰ ਵੱਲੋਂ ਜਿਹਨੇ ਇਸ ਵੇਲੇ ਹਿਟਲਰ ਦਾ ਦੂਸਰਾ ਰੂਪ ਅਖਤਿਆਰ ਕੀਤਾ ਹੋਇਆ ਉਹਦੇ ਵਿਰੁੱਧ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਵੱਲੋਂ ਪਿੱਛੇ ਜੇ ਇੱਕ ਸਰਕੂਲਰ ਕੱਢ ਕੇ ਪੰਜਾਬ ਦੀਆਂ ਜਿਹੜੀਆਂ BSF ਦੀਆਂ ਬਾਊਂਡਰੀਜ਼ ਨੇ ਉਹ ਪੰਜਾਬ ਦੇ ਅੰਦਰ 50 ਕਿਲੋਮੀਟਰ ਤੱਕ ਕਰਤੀਆਂ ਨੇ, ਜੋ ਕਿ ਪਹਿਲਾਂ 15 ਕਿਲੋਮੀਟਰ ਤੱਕ ਸੀ। ਕਹਿਣ ਦਾ ਭਾਵ ਇਹ ਵੀ ਅੱਧਾ ਪੰਜਾਬ ਉਹਨਾਂ ਨੇ BSF ਦੇ ਹਵਾਲੇ ਕਰਤਾ, ਤਾਂ ਜੋ ਜਿਸ ਪੰਜਾਬ ਦੇ ਵਿੱਚੋਂ ਕੇਂਦਰ ਦੇ ਨੀਤੀਆਂ ਦੇ ਵਿਰੁੱਧ, ਖੇਤੀ ਕਾਨੂੰਨਾਂ ਦੇ ਵਿਰੁੱਧ, ਕੇਂਦਰ ਸਰਕਾਰ ਦੇ ਵਿਰੁੱਧ ਇੱਕ ਬਹੁਤ ਵੱਡੀ ਮੂਵਮੈਂਟ ਬਣੀ ਕੇਂਦਰ ਦੇ ਵਿੱਚ, ਔਰ ਜਿਹਦੇ ਨਾਲ ਸਾਰਾ ਭਾਰਤ ਨਹੀਂ ਪੂਰੀ ਦੁਨੀਆ ਜੁੜ ਗਈ ਆ, ਉਸ ਦੇ ਡਰ ਵਜੋਂ ਵੀ ਕਿਸ ਤਰੀਕੇ ਨਾਲ ਇਹਨੂੰ ਸੈਬੋਟੇਜ ਕੀਤਾ ਜਾਵੇ ਔਰ ਕਿਸ ਤਰੀਕੇ ਨਾਲ ਨਿਹੱਥੇ ਮਤਲਬ ਕਿ ਜਿਹੜਾ ਕੋਈ ਕਸੂਰ ਨਹੀਂ ਆ, ਬੇਕਸੂਰ ਲੋਕਾਂ ਨੂੰ ਫੜਿਆ ਜਾ ਸਕੇ ਬਿਨਾਂ ਕਿਸੇ ਪੜਤਾਲ ਤੋਂ, ਬਿਨਾਂ ਕਿਸੇ ਇਨਕੁਆਇਰੀ ਤੋਂ। ਉਹ ਇਸ ਤਰ੍ਹਾਂ ਦਾ ਕਾਨੂੰਨ ਲੈ ਕੇ ਆ ਗਏ ਨੇ
ਵੀ ਜਿਵੇਂ ਪੰਜਾਬ ਦੇ ਵਿੱਚ ਅਣ ਕਿਆਸੀ ਐਮਰਜੈਂਸੀ ਜਾਂ ਅਣ ਕਿਆਸਾ ਪ੍ਰੈਜੀਡੈਂਟ ਰੂਲ ਲਗਾ ਦਿੱਤਾ ਗਿਆ ਹੋਵੇ, ਇਸ ਦਾ ਵਿਰੋਧ ਪ੍ਰਗਟ ਕਰਨ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਨੇ। ਇਸੇ ਕੜੀ ਦੇ ਤਹਿਤ ਹੀ ਅੱਜ ਅਸੀਂ ਪਟਿਆਲੇ ਵਿਖੇ ਇਕੱਠੇ ਹੋਏ ਹਾਂ ਔਰ ਕੇਂਦਰ ਸਰਕਾਰ ਦੇ ਇਸ ਕਦਮ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ ਔਰ ਇੱਕ ਕਿਸਮ ਦੀ ਵਾਰਨਿੰਗ ਦੇ ਰਹੇ ਹਾਂ ਵੀ ਤੁਰੰਤ ਇਸ ਜਿਹੜਾ ਸਰਕੂਲਰ ਨੂੰ ਵਾਪਸ ਲਿਆ ਜਾਵੇ, ਜੋ ਪਹਿਲਾਂ ਬਾਉਂਡਰੀਜ਼ ਨੇ ਉਸ ਤਰੀਕੇ ਨਾਲ ਹੀ ਰਹਿਣ ਦਿੱਤੀਆਂ ਜਾਣ, ਕਿਉਂਕਿ BSF ਇਹਨਾਂ ਦੇ ਕੋਲ ਹੈ, ਫੌਜ ਇਹਨਾਂ ਦੇ ਕੋਲ ਹੈਗੀ ਆ, ਡਰੋਨਾਂ ਦਾ ਜਿਹੜਾ ਰੌਲਾ ਪਾਇਆ ਜਾ ਰਿਹਾ ਉਹ ਇਹਨਾਂ ਵੱਲੋਂ ਪਾਇਆ ਜਾ ਰਿਹਾ, ਜਦੋਂ ਮਰਜ਼ੀ ਜਿਵੇਂ ਮਰਜ਼ੀ ਕੰਟਰੋਲ ਕਰ ਲੈਣ। ਫਿਰ ਦੁਨੀਆ ਦੀ 6ਵੀਂ ਤਾਕਤ ਹੈ ਭਾਰਤ, ਇਹ ਕੋਈ ਮਜ਼ਾਕ ਤਾਂ ਹੈ ਨਹੀਂ ਉਹ। ਸੋ ਇਸ ਕਰਕੇ ਕੇਂਦਰ ਸਰਕਾਰ ਨੂੰ ਵਾਰਨਿੰਗ ਹੈ ਵੀ ਇਸ ਜਿਹੜੇ ਸਰਕੂਲਰ ਨੂੰ, ਇਸ ਫੈਸਲੇ ਨੂੰ ਵਾਪਸ ਲਿਆ ਜਾਵੇ।